ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ। ਬਹੁਤ ਬਹੁਤ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਮਿਸਟਰ ਐਂਡ ਮਿਸਿਸ ਖੇਲ ਦੇ ਵਿੱਚ। ਉਮੀਦ ਕਰਦੇ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ। ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਨਵੀਂ ਵੀਡੀਓ ਦੀ, ਨਵੇਂ ਵਲੌਗ ਦੀ, ਨਵੇਂ ਦਿਨ ਦੀ। ਟਾਈਮ 8 ਵੱਜ ਚੁੱਕੇ ਨੇ ਅਤੇ ਆਪਾਂ ਹੋਣ ਲੱਗੇ ਹੁਣ ਰੈਡੀ। ਬੱਚੇ ਰੈਡੀ ਨੇ, ਸਾਡੇ 8 ਪੌਣੇ 9 ਵੈਨ ਆ ਜਾਏਗੀ ਅਤੇ ਉਹਨਾਂ ਚਲੇ ਜਾਣਾ। ਔਰ ਆਪਾਂ ਹੋਈਏ ਰੈਡੀ ਅਤੇ ਚੱਲੀਏ ਨੀਚੇ। ਇੰਦਰ ਜੀ ਛੁੱਟੀ 'ਤੇ ਅੱਜ ਹੈ, ਛੁੱਟੀ 'ਤੇ ਆ ਤੂੰ ਛੁੱਟੀ ਤੇ? ਇਹ ਰੋਜ ਛੁੱਟੀ ਤੇ ਹੁੰਦਾ। ਅੱਜ ਕਿੰਨੀਵੀਂ ਛੁੱਟੀ ਹੈ, ਤੀਜੀ ਕਿ ਚੌਥੀ? ਤੀਜੀ ਛੁੱਟੀ ਅੱਜ ਇੰਦਰ ਜੀਤ ਦੀ। ਰੋਜ ਛੁੱਟੀ ਤੇ ਹੁੰਦਾ ਬਈ, ਇੰਨੀਆਂ ਛੁੱਟੀਆਂ ਨੀ ਅਸੀਂ ਦਿੰਦੇ ਹੈਗੇ। ਮਹੀਨੇ ਦੀ ਇੱਕ ਛੁੱਟੀ ਆ ਬਸ, ਉਹ ਕਰ ਸਕਦੇ ਹੋ ਤੁਸੀਂ। ਦੋ ਦੇ ਪੈਸੇ ਘੱਟ ਹੋਣੇ ਨੇ ਹੁਣ। ਇਹ ਛੁੱਟੀ ਇਸ ਪ੍ਰਕਾਰ ਦੀ ਆ ਵੀ ਇੰਦਰ ਜੀਤ ਰੋਜ਼ ਸਵੇਰੇ ਉੱਠਦੇ ਨੇ, ਜਦੋਂ ਉੱਠਣ ਨੂੰ ਮਨ ਨੀ ਕਰਦਾ ਹੁੰਦਾ ਫਿਰ ਇਹ ਕਹਿ ਦਿੰਦੇ ਨੇ ਅੱਜ ਮੈਂ ਛੁੱਟੀ ਤੇ ਆ, ਛੁੱਟੀ ਤੇ ਆਏ। ਫਿਰ ਲੱਤਾਂ ਬਾਹਾਂ ਜਾਂ ਮਾਰਦੇ ਮਾਰਦੇ ਜਦੋਂ ਤਿਆਰ ਹੋ ਜਾਂਦੇ ਨੇ, ਫਿਰ ਤਿਆਰ ਹੋ ਕੇ ਤਾਂ ਚਲੋ ਮਸ਼ੀਨਰੀ ਚੱਲ ਹੀ ਪੈਂਦੀ ਆ, ਉਦੋਂ ਪਹਿਲਾਂ ਹੀ ਲੋੜ ਲੈਂਦੀ ਆ। ਫਿਰ ਚਲੋ ਦਿਨ ਦੇ ਕੰਮ ਕਾਰ ਹੋ ਹੀ ਜਾਂਦੇ ਨੇ। ਸੋ ਚਲੋ ਚੱਲੀਏ, ਆਪਾਂ ਹੋਈਏ ਪਹਿਲਾਂ ਰੈਡੀ, ਇਸ ਤੋਂ ਪਹਿਲਾਂ ਕਿ ਇੰਦਰਜੀਤ ਰੈਡੀ ਹੋਣ ਲੱਗਾ। ਨੀਚੇ ਆ ਕੇ ਪਹਿਲਾਂ ਬ੍ਰੇਕਫਾਸਟ ਕੀਤਾ ਆਪਾਂ, ਫਿਰ ਆਪਾਂ ਭੁਗਤਾਏ ਫੋਨਾਂ ਵਾਲੇ ਬੰਦੇ, ਹਜੇ ਅੱਧੇ ਕੁ ਰਹਿੰਦੇ ਨੇ, ਉਹ ਬਾਅਦ ਵਿੱਚ ਭੁਗਤਾਵਾਂਗੇ ਕਿਉਂਕਿ ਫੋਨ ਇੰਨੇ ਜ਼ਿਆਦਾ ਆ ਜਾਂਦੇ ਨੇ ਫਿਰ ਮੈਨੂੰ ਇੱਕਦਮ। ਔਰ ਹੁਣ ਮੈਂ ਚੱਲੀ ਹਾਂ, ਅਸੀਂ ਚੱਲੇ ਹਾਂ ਡੀ ਮਾਰਟ, ਥੋੜ੍ਹਾ ਸਮਾਨ ਲੈ ਕੇ ਆਉਣ ਵਾਲਾ ਉਹ ਲੈ ਕੇ ਆਉਂਦੇ ਹਾਂ ਕਿਉਂਕਿ ਫਿਰ 2-3 ਦਿਨ ਲਈ ਬਾਰਿਸ਼ ਦੱਸੀ ਹੋਈ ਆ, ਫਿਰ ਠੰਡ ਜ਼ਿਆਦਾ ਹੋ ਸਕਦੀ ਆ, ਸੰਭਾਵਨਾ ਹੈਗੀ ਆ, ਤਾਂ ਕਰਕੇ ਚਲੋ ਚੱਲੀਏ। ਫਿਰ ਲੈ ਲੈ ਵੀ ਸ਼ੋਪਿੰਗ ਬੈਗ, ਲੈ ਲੈ ਸ਼ੋਪਿੰਗ ਬੈਗ। ਹਾਂਜੀ ਚੱਲ ਫਿਰ ਹੋ ਜਾ ਪੈਕ। ਤੇਰੇ ਨੀਵੀ ਆ, ਮੇਰੇ ਤਾਂ ਸਹੀ ਆ ਜਾਣੀ ਆ। ਫਸਟ ਫਲੋਰ ਤੋਂ ਆਪਾਂ ਇੰਨੀ ਕੁ ਸ਼ੋਪਿੰਗ ਕਰਕੇ ਹੁਣ ਚੱਲਦੇ ਆ ਅਗਲੇ ਫਲੋਰ ਤੇ। ਹੁਣ ਜਿਹੜਾ ਜ਼ਰੂਰੀ ਕੰਮ ਆਇਆ ਸੀ ਉਹ ਲੈ ਲਈ, ਆ ਬੇਜ਼ਰੂਰੀ ਲਿਆ ਹਜੇ। ਚਲੋ ਜੀ ਗਰਾਊਂਡ ਫਲੋਰ ਤੇ ਹੁਣ ਚੱਲੀ। ਇੰਨਾ ਸਮਾਨ ਲੈ ਲਿਆ, ਘਰ ਲਈ ਡੱਬੇ ਖਰੀਦ ਲਏ ਆਪਾਂ ਨੂੰ, ਇੱਕ ਮਿੰਟ ਇੱਕ ਲਈ ਆ। ਲਓ ਵੀ ਆਪਾਂ ਆ ਗਏ ਡੀਮਾਰਟ ਤੋਂ ਸ਼ੋਪਿੰਗ ਕਰਕੇ। ਗਰਮੀ ਆਉਣ ਵਾਲੀਆਂ ਨੇ ਇਸ ਲਈ ਫਿਰ ਮੈਂ ਪਾਣੀ ਵਾਲੀ ਬੋਟਲ ਲੈ ਲਈ। ਰੋਜ਼ ਇਹ ਕਿੰਨੀਆਂ ਪੀਣੀਆਂ ਨੇ? ਦੋ, ਚਾਰ। ਹਾਂ 1 ਲੀਟਰ ਕਿ 1000 ਮਿਲੀ ਲੀਟਰ ਦੀ ਆ ਇਹ, ਚਾਰ ਨਹੀਂ ਤਾਂ ਦੋ ਤਾਂ ਪੀਣੀਆਂ ਪੀਣੀਆਂ ਨੇ। ਤੇ ਇੱਕ ਮੈਂ ਆ ਲਏ, ਇਹ ਕਾਫੀ ਸੌਫਟ ਜਿਹੇ ਡੇਲੀ ਘਰੇ ਪਾਉਣ ਨੂੰ ਗਰਮੀ ਦੇ ਵਿੱਚ, 229 ਰੁਪਏ ਦੇ। ਕਲੈਕਚਰ, ਫੇਸ ਵਾਸ਼, ਜਸਵਿੰਦਰ ਨੇ ਚਮਚੇ ਲਏ, ਮੈਗਨੂ ਜਮੈਟਰੀ, ਤੇ ਆਹ ਡੱਬੇ ਅਸੀਂ ਨੀਚੇ ਲਈ ਲਏ ਨੇ, ਆਹ ਉੱਪਰ ਲਈ ਲਏ ਨੇ। ਮੇਨ ਚੀਜ਼ ਜੋ ਅਸੀਂ ਲੈਣ ਗਏ ਸੀ ਕਿ ਗਰਮੀ ਆ ਗਈ, ਹੁਣ ਕਾਟਨ ਦੇ ਸੂਟ ਪਾਇਆ ਕਰਾਂਗੇ ਪ੍ਰੈਸ ਕਰ ਕਰਕੇ। ਪਹਿਲਾਂ ਤਾਂ ਸਿਲਕ ਚੱਲੂਗੀ, ਹੁਣ ਸਿਲਕ ਨੂੰ ਵੀ ਪ੍ਰੈਸ ਕਰ ਕਰਕੇ ਪਾਉਣਾ ਪਿਆ ਕਰੂਗਾ, ਤਾਂ ਕਰਕੇ ਆਪਾਂ ਨੇ ਪ੍ਰੈਸ ਲੈ ਕੇ ਆਉਂਦੀ। ਔਰ ਇਹ ਪ੍ਰੈਸ ਸਾਨੂੰ ਪਈ ਆ, ਕਿੰਨੇ ਦੀ ਪਈ ਆ? 400 ਦੀ, 400 ਦੀ ਪਈ ਆ, ਤੇ 2 ਸਾਲ ਦੀ ਇਹਦੀ ਹੈਗੀ ਆ ਗਰੰਟੀ ਸਾਨੂੰ ਮਿਲੀ ਆ। ਓਕੇ, ਔਰ ਬਸ ਹੈ ਕੁਛ ਲਿਆਂਦਾ ਆਪਾਂ, ਬਾਕੀ ਆ ਬਸ ਬੈਗ ਲਿਆਂਦਾ ਇੱਕ ਬਸ।
ਆਉਂਦਾ ਢਿੱਲਾ ਜਿਹਾ ਹੋਇਆ ਵਿਚਾਰਾ, ਪਹਿਲਾਂ ਹੀ ਵਧਾ ਲਿਆ ਮਿੰਟ 5 ਲਾਏ ਨੇ 5 ਲੈ, ਉਦੋਂ ਵੱਧ ਟਾਈਮ ਤਾਂ ਤੈਨੂੰ ਚੜਾਉਣ ਨੂੰ ਲਾਤਾ, ਵੱਜੀ ਹੱਥ ਤੇ ਹੁਣ ਤਾਂ ਕੁਛ ਕਹੀ ਜਾ, ਮਿੰਟ 5 ਚ ਲਾਤਾ ਹੇਠਾਂ ਬਸ। ਅੱਜ ਪਹਿਲੀ ਵਾਰ ਨਵੀਂ ਚੀਜ਼ ਟਰਾਈ ਕਰਨ ਲੱਗੀ ਆ ਮੈਂ ਇਹ, ਬਸ ਮੈਂ ਪਹਿਲੀ ਵਾਰ ਖਾਣ ਲੱਗੀ ਆ ਇਹ ਆਲੂ, ਇਹ ਆ ਕੁੜੀ ਦੀ ਬਦੌਲਤ ਅੱਗ ਤੇ ਭੁੰਨ ਕੇ ਦਿੱਤਾ ਇਹਨੇ ਮੈਨੂੰ, ਹੁਣ ਆਪਾਂ ਚੈੱਕ ਕਰਕੇ ਦੇ ਦਿਆ ਕਿਵੇਂ ਦਾ ਇਹ। ਲਓ ਜੀ ਟਾਈਮ ਹੋ ਗਿਆ 7:45 ਦਾ ਤੇ ਮੈਂ ਆ ਗਈ ਆ ਉੱਪਰ, ਲਾਈਟ ਚਲੀ ਗਈ ਆ, ਹਜੇ ਕਿੰਨੇ ਸਾਰੇ ਕੰਮ ਪੈਂਡਿੰਗ ਪਏ ਨੇ ਹੋ ਤੇ। ਸਭ ਤੋਂ ਪਹਿਲਾਂ ਤਾਂ ਹੁਣ ਆਪਾਂ ਫਰੈਸ਼ ਅਪ ਹੋ ਕੇ ਕਰੀਏ ਡਿਨਰ ਦੀ ਤਿਆਰੀ, ਕਿਉਂਕਿ ਤੁਹਾਨੂੰ ਪਤਾ ਕਿ ਡਿਨਰ ਕਰਕੇ ਇੰਦਰਜੀਤ ਨੇ ਜਾਣਾ ਹੁੰਦਾ ਬੈਡਮਿੰਟਨ ਖੇਡਣ ਦੇ ਲਈ। ਸੋ ਚਲੋ ਹੋਈਏ ਫਰੈਸ਼ ਅਪ ਤੇ ਸਮਾਨ ਵਗੈਰਾ ਜਿਹੜਾ ਮੈਂ ਡੀਮਾਰਟ ਦੇ ਵਿੱਚੋਂ ਅੱਜ ਲੈ ਕੇ ਆਈ ਸੀ ਉਹ ਸਾਰਾ ਸੰਭਾਲੀਏ। ਟਾਈਮ ਹੋ ਗਿਆ 7:45 ਦਾ ਤੇ ਮੈਂ ਹੁਣ ਫ੍ਰੀ ਹੋਈ ਹਾਂ, ਕਿਉਂਕਿ ਫ੍ਰੀ ਤਾਂ ਮੈਂ ਕਾਫੀ ਟਾਈਮ ਪਹਿਲਾਂ ਹੀ ਹੋ ਜਾਣਾ ਸੀਗਾ, ਅੱਜ ਤਾਂ ਕੋਈ ਮੂਵੀ ਵੀ ਨਹੀਂ ਦੇਖ ਹੋਈ ਤੇ ਜਿੱਦਾਂ ਹੀ ਲਾਈਟ ਆਈ ਇੰਦਰਜੀਤ ਚਲੇ ਗਏ ਖੇਡਣ ਦੇ ਲਈ, ਔਰ ਫਿਰ ਮੈਂ ਵਾਸ਼ਿੰਗ ਮਸ਼ੀਨ ਲਗਾਈ, ਵਾਸ਼ਿੰਗ ਮਸ਼ੀਨ ਲਗਾ ਕੇ ਫਿਰ ਮੈਂ ਕਿਚਨ ਦੀ ਥੋੜ੍ਹੀ ਜਿਹੀ ਕਾਫੀ ਸਾਰੀ ਸਫਾਈ ਕੀਤੀ ਕਿਚਨ ਦੀ, ਅੱਜ ਮੈਨੂੰ 1.5 ਘੰਟਾ ਪੂਰਾ ਲੱਗ ਗਿਆ ਕਿਚਨ ਦੇ ਵਿੱਚ ਹੀ, ਬਟ ਥੋੜ੍ਹੀ ਬਹੁਤੀ ਰਹਿ ਗਈ ਉਹ ਮੈਂ ਸਵੇਰੇ ਕਮਲ ਨੂੰ ਕਹੂੰਗੀ ਉਹ ਕਰੇਗੀ। ਤੇ ਫਿਰ ਵੀ ਹੁੰਦਾ ਆ ਚਾਹੇ ਆਪਾਂ ਕੰਮ ਕਰਵਾਉਂਦੇ ਹਾਂ, ਬਟ ਜਿੰਨਾ ਚਿਰ ਆਪਾਂ ਆਪ ਖੁਦ ਨਹੀਂ ਥੋੜ੍ਹਾ ਬਹੁਤਾ ਕਰਦੇ ਹੈਗੇ ਤਾਂ ਉਹ ਕੰਮ ਦੀ ਗੱਲਬਾਤ ਜੀ ਨਹੀਂ ਬਣਦੀ ਹੈਗੀ, ਅਤੇ ਇਸ ਲਈ ਮੈਂ ਥੋੜ੍ਹੀ ਬਹੁਤੀ ਸੈਟਿੰਗ ਜੀ ਚੇਂਜ ਕਰਦੀ ਰਹਿੰਦੀ ਹਾਂ ਆਪਣੇ ਕਮਰੇ ਦੀ ਵੀ ਔਰ ਘਰ ਦੀ ਵੀ ਸਾਰੀ, ਕਿਚਨ ਦੀ ਵੀ ਆਪਾਂ ਥੋੜ੍ਹੀ ਜਿਹੀ ਚੇਂਜ ਕੀਤੀ ਆ। ਅਤੇ ਕਿਚਨ ਦਾ ਆਪਣਾ ਥੋੜ੍ਹਾ ਕੰਮ ਵੀ ਕਰਵਾਉਣ ਵਾਲਾ ਰਹਿੰਦਾ, ਬਸ ਉਹ ਵੀ ਇਸ ਸਾਲ ਦੇ ਵਿੱਚ ਵਿੱਚ ਆਪਾਂ ਨੇ ਵਧੀਆ ਬਣਾ ਦੇਣੀ ਹੈ, ਮੋਡੀਫਾਈ ਕਰਨੀ ਹੈ ਕਿਚਨ, ਕਿਉਂਕਿ ਆਲਮੋਸਟ ਸਾਰੇ ਘਰ ਦਾ ਹੋ ਚੁੱਕਿਆ। ਅਤੇ ਕਿਚਨ ਦਾ ਇੱਕ ਇੱਦਾਂ ਦਾ ਕੰਮ ਹੁੰਦਾ ਜਿਹਦਾ ਬਜਟ ਥੋੜ੍ਹਾ ਜਿਹਾ ਹਾਈ ਹੁੰਦਾ ਆ, ਤਾਂ ਕਰਕੇ ਅਸੀਂ ਰੁਕੇ ਹੋਏ ਸੀਗੇ, ਬਟ ਇਸ ਸਾਲ ਸੋਚ ਰਹੇ ਹਾਂ ਥੋੜ੍ਹੇ ਦਿਨ ਖੁੱਲ੍ਹਣ ਲੱਗਣ ਅਤੇ ਫਿਰ ਅਸੀਂ ਕਿਚਨ ਦਾ ਕੰਮ ਹੈ ਜਿਹੜਾ ਸਾਰਾ ਕਰਵਾ ਦੇਣਾ, ਅਤੇ ਉਨੇ ਟਾਈਮ ਲਈ ਆਪਾਂ ਨੂੰ ਕਿਚਨ ਡਾਇਨਿੰਗ ਏਰੀਆ ਦੇ ਵਿੱਚ ਸ਼ਿਫਟ ਕਰਨੀ ਪਏਗੀ। ਸੋ ਚਲੋ ਕੋਈ ਗੱਲ ਨਹੀਂ, ਇਹ ਵੀ ਕੰਮ ਆਪਾਂ ਕਰ ਹੀ ਦੇਣਾ। ਔਰ ਫਿਲਹਾਲ ਤਾਂ ਮੈਂ ਇੱਦਾਂ ਹੀ ਸਫਾਈ ਕੀਤੀ ਅੱਜ ਥੋੜ੍ਹੀ ਬਹੁਤ, ਬਾਕੀ ਦੀ ਕਮਲ ਤੋਂ ਕਰਵਾਵਾਂਗੇ, ਬਟ ਮੈਂ ਥੱਕ ਗਈ ਬਹੁਤ ਜ਼ਿਆਦਾ 1.5 ਘੰਟਾ ਲਗਾਤਾਰ ਕੰਮ ਕਰਕੇ ਕਿਚਨ ਦੇ ਵਿੱਚ। ਔਰ ਇੰਦਰਜੀਤ ਵੀ ਆ ਗਏ ਨੇ ਅਤੇ ਉਹ ਮੈਨੂੰ ਕਹਿੰਦੇ ਕਿ ਤੂੰ ਹਜੇ ਤੱਕ ਪਈ ਨਹੀਂ, ਮੈਂ ਕਿਹਾ ਮੈਂ ਜਲਦੀ ਹੀ ਕਿਚਨ ਦਾ ਕੰਮ ਕਰਨ ਲੱਗੀ ਹੋਈ ਹਾਂ ਅਤੇ ਸਫਾਈ ਵਗੈਰਾ ਕੀਤੀ ਤਾਂ ਕਰਕੇ ਲੇਟ ਹੋ ਗਏ, ਅਤੇ ਉਨਾ ਟਾਈਮ ਬੱਚੇ ਵੀ ਇੱਧਰ ਉੱਧਰ ਫਿਰੀ ਗਏ ਨੇ ਔਰ ਹੁਣ ਇੰਦਰਜੀਤ ਸਲਾ ਰਹੇ ਨੇ ਬੱਚਿਆਂ ਨੂੰ, ਸੋ ਉਹ ਬੱਚਿਆਂ ਵਾਲੇ ਰੂਮ ਦੇ ਵਿੱਚ ਹੀ ਨੇ। ਮੈਂ ਸੋਚਿਆ ਕਿ ਆਪਾਂ ਬਲੌਗ ਦੀ ਐਂਡਿੰਗ ਕਰੀਏ, ਸੋ ਚਲੋ ਜੀ ਇੱਥੇ ਕਰੀਏ ਆਪਾਂ ਅੱਜ ਦੇ ਬਲੌਗ ਦੀ ਐਂਡਿੰਗ, ਅਤੇ ਮਿਲਦੇ ਹਾਂ ਕੱਲ੍ਹ ਇੱਕ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ। ਸੋ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ। ਥੈਂਕ ਯੂ, ਗੁੱਡ ਨਾਈਟ।